ਕੇ ਪਾਵੇਂ ਬੋਲੀਆਂ ਅਸੀਂ ਤੇ ਆਪ ਬਣਾਈਏ ਨਿੰਜੇ ਬੋਲੀ ਦਾ ਪਤਾ ਚੱਲ ਬੱਲੇ 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 ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਇਹ ਜਿਹੜੀ ਤੁਸੀਂ ਮੇਰੇ ਪਿੱਛੇ ਰੌਣਕ ਦੇਖ ਰਹੇ ਹੋ ਨਾ, ਇਹ ਰੌਣਕ ਲੋਹੜੀ 'ਤੇ ਲੱਗੀ ਹੋਈ ਹੈ। ਸਾਰਿਆਂ ਨੂੰ ਪਹਿਲੀ ਗੱਲ ਤਾਂ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਮੇਰੇ ਖਿਆਲ ਤੋਂ ਪੰਜਾਬ 'ਚ ਨਾ ਲੋਹੜੀ ਸੈਲੀਬ੍ਰੇਟ ਕੀਤੀ ਜਾਂਦੀ ਹੈ, ਬਟ ਇਹ ਲੋਹੜੀ ਸਪੈਸ਼ਲ ਹੈ ਕਿਉਂਕਿ ਪੁਰਾਣਾ ਕਲਚਰ ਜ਼ਰੂਰ ਇਹ 'ਚ ਦਿਖਾਇਆ ਗਿਆ। ਤੁਸੀਂ ਹਾਈਲਾਈਟ ਜ਼ਰੂਰ ਦੇਖੇ ਨੇ, ਜਿਵੇਂ ਘਰ 'ਚ ਜਾ ਕੇ ਇਹਨਾਂ ਨੇ ਲੋਹੜੀ ਸੈਲੀਬ੍ਰੇਟ ਕੀਤੀ ਹੈ ਲੋਕਾਂ ਦੇ ਘਰਾਂ 'ਚ ਜਾ ਕੇ, ਬਟ ਇੱਥੇ ਅਲੱਗ ਤਰੀਕੇ ਦੀ ਰੌਣਕ ਲੱਗੀ ਹੋਈ ਹੈ। ਬੋਲੀਆਂ 'ਤੇ ਬੋਲੀਆਂ, ਗਿੱਧੇ 'ਤੇ ਗਿੱਧੇ ਪੈਣਗੇ। ਪਾਲ ਸਿੰਘ ਸਮਾਓ ਭਾਅ ਜੀ ਹੋਰ ਦੇ ਆਪਾਂ ਪਿੰਡ ਆਇਆ, ਭਾਈ ਦਾ ਪਹਿਲਾਂ ਸਵਾਗਤ ਕਰਦੇ ਭਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਜ਼ਿਆਦਾ ਵਧੀਆ, ਤੁਹਾਡਾ ਵੀ ਸਾਰੀ ਟੀਮ ਦਾ ਸਾਡੇ ਵਿਹੜੇ ਆਉਣ ਦੇ ਉੱਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ, ਅਤੇ ਜਿੰਨੇ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਲੋਹੜੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ, ਅਤੇ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਾਂ ਤੁਹਾਡੇ ਸਭ ਦੇ ਦਲਹੀਜਾਂ ਦੇ ਉੱਤੇ ਲੋਹੜੀ ਆਵੇ, ਹਰ ਘਰ ਦੇ ਵਿੱਚ ਖੁਸ਼ੀ ਆਵੇ, ਤਾਂ ਕਿ ਉਹੋ ਜਿਹਾ ਮਾਹੌਲ ਜੋ ਇੱਥੇ ਬਣਿਆ ਹੋਇਆ ਉਹ ਹਰ ਇੱਕ ਘਰ ਦੇ ਵਿੱਚ ਹੋਵੇ। ਪਹਿਲੀ ਗੱਲ ਤਾਂ ਇਹ 'ਚ ਮੈਂ ਜ਼ਰੂਰ ਇੱਕ ਚੀਜ਼ ਮੈਂਸ਼ਨ ਕਰਨੀ ਚਾਹਾਂ ਕਿ ਜਿਹੜੀ ਰੌਣਕ ਲੱਗੀ ਹੋਈ ਹੈ ਨਾ, ਹਰ ਇੱਕ ਦੇ ਚਿਹਰੇ 'ਤੇ ਸਮਾਈਲ ਆ, ਉਹ ਸਮਾਈਲ ਦਾ ਕਾਰਨ ਚਲੋ ਇਹਨਾਂ ਦੀ ਇਹ ਆਪਣੇ ਤਾਂ ਹੈਗਾ ਹੀ ਹੈਗਾ, ਬਟ ਇਸ ਇਨਸਾਨ ਦਾ ਬਹੁਤ ਵੱਡੀ ਦੇਣ ਆ, ਕਿਉਂਕਿ ਪੁਰਾਣੇ ਕਲਚਰ ਨੂੰ ਬੈਲੈਂਸ ਕਰਕੇ ਰੱਖਣਾ ਅੱਜ ਦੇ ਜ਼ਮਾਨੇ 'ਚ ਬਹੁਤ ਜ਼ਿਆਦਾ ਔਖਾ ਹੈ। ਅਤੇ ਪਾਲ ਭਾਅ ਜੀ, ਪਹਿਲਾਂ ਤਾਂ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਹੁਣ ਸਟਾਰਟਿੰਗ ਕਰਦੇ ਹਾਂ ਅਸੀਂ ਰੌਣਕ ਤੋਂ। ਰੌਣਕ ਹੁਣ ਪਾਉਣਗੀਆਂ ਜੀ, ਲਾਉਣਗੀਆਂ ਜੀ ਕੁੜੀਆਂ, ਅਤੇ ਮੈਂ ਚਾਹੂੰਗਾ ਜ਼ਰੂਰ ਪਲੀਜ਼ ਇੱਕ ਵਾਰ ਬੋਲੀ ਜ਼ਰੂਰ ਪਾ ਦਿਓ, ਤਾਂ ਕਿ ਸਾਡੀ ਇੱਕ ਵਾਰ ਆਡੀਅੰਸ ਜਿਹੜੀ ਹੈਗੀ ਉਹ ਜ਼ਰੂਰ ਇੰਜੋਏ ਕਰ ਸਕੇ। ਕਰ ਦਿਓ ਵੀ ਸ਼ੁਰੂ। ਦਿਖਾਤਾ, ਪਰ ਜੇ ਕੁੜੀਆਂ ਗਿੱਧਾ ਦਿਖਾ ਰਹੀਆਂ ਨੇ ਤੇ ਮੁੰਡੇ ਕਿਵੇਂ ਪਿੱਛੇ ਰਹਿ ਸਕਦੇ ਨੇ?
मैं इस पिंड च आया सीगा लोहड़ी कवर करन बड़े सोहने तरीके नाल इन्होंने अपने रूट्स नू रिचुअल्स नू संभाल के रखे है पर सब तो वड्डी गल इन्हां दी कलाकारी दी है कि इच सारे ही कलाकार ने इन्हां दी कलाकारी हुण दिखाउने आ मैं कह रहा सीगा कि जे तुसीं वन टू वन खेलना ही है मुंडिया ते कुड़ियां ने
ਅਸੀਂ ਔਨ ਸਕਰੀਨ ਐਵੇਂ ਖੇਲਦੇ ਆ, ਤੁਸੀਂ ਇੱਥੇ ਬੈਠੋ, ਲੇਡੀ ਸਾਰੀ ਇੱਥੇ ਬੈਠੋ, ਅਸੀਂ ਦੇਖਦੇ ਆ ਕਿਹੜਾ ਬੰਦਾ ਬੋਲੀਆਂ 'ਚ ਜਿੱਤਦਾ ਆ। 1-1 ਸਾਰੇ ਆਪਣੀ ਕਲਾਕਾਰੀ ਦਿਖਾਉਣਗੇ ਤੇ ਫਿਰ ਅਸੀਂ ਉਸ ਤਰੀਕੇ ਨਾਲ ਰੌਣਕ ਮੇਲਾ ਲਾਉਂਦੇ ਆ। ਮੇਰਾ ਤਾਂ ਲੱਗ ਚੁੱਕਿਆ ਦਿਲ, ਤੇ ਹੁਣ ਮੈਂ ਚਾਹੁੰਗਾ ਸਾਰੇ ਇਕੱਠੇ ਮਿਲ ਕੇ ਰੌਣਕਾਂ ਸ਼ੌਣਕਾਂ ਜੀ ਲਾ ਦਿਓ ਇੱਕ ਵਾਰ, ਅਖੀਰਲੀ ਵਾਰ, ਕਿਉਂਕਿ ਇਸ ਤੋਂ ਬਾਅਦ ਅਸੀਂ ਕਲੋਜ਼ਿੰਗ ਕਰਦੇ ਹਾਂ। ਜੋ ਦਿਲ ਕਰਦਾ, ਜਿਹੜੀਆਂ ਬੋਲੀਆਂ ਤੁਸੀਂ ਪਾਉਣੀਆਂ ਨੇ ਪਾ ਦਿਓ, ਢੋਲ ਢੁਲ ਜੋ ਗਿੱਧਾ ਜੋ ਭੰਗੜੇ ਪਾਉਣੇ ਨੇ ਸਾਰੇ ਬਈ ਇੱਕ ਵਾਰ ਆ ਜਾਓ ਪਾ ਦਿਓ। ਲਓ ਜੀ ਬੋਲੀ ਪਾਈਏ ਤਾਂ ਬੋਲੀ ਪਾਈਏ ਲੱਲੇ ਕਾਰ ਕੇ ਆਏ ਕੀਰਤਾ ਚੰਨਾ ਚੰਨਾ ਪਰ ਆਏ ਕੀਰਤਾ ਚੰਨਾ ਚੰਨਾ ਪਰ।
ਆਜੋ ਪਾਸੋ ਪਾਸੋ ਰਾਏ 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 ਰੱਬ ਨੇ ਦੋਹੀ ਰੰਗ ਬਣਾਏ ਗੋਰੀ ਤੌਣ ਦੇ ਦਵਾਲੇ ਕਾਲੀ ਗਾਨੀ ਨੀ ਸੋਹਣੇ ਦਾ ਕੀ ਰੂਪ ਛੱਟਣਾ ਵਾਹ ਹੋਵੇ ਨੀ ਦਿਲਾਂ ਦਾ ਜਾਨੀ ਦਾਣਾ ਦਾਣਾ ਤੇਰੇ ਮੂੰਹ ਵਰਗਾ ਸਾਡੇ ਭੁੱਖ ਪਲਾਣਾ ਤੇਰੇ ਮੂੰਹ ਵਰਗਾ।
बोलो जी वाहेगुरु जी का खालसा श्री वाहेगुरु जी की फतेह। ये तो हो गए जी रौनक मेले जिहड़े असीं दिखाउणे सीगे क्योंकि लोहड़ी का त्यौहार सीगा। पल भी हुण तुहाडे नाल गल करदे आं। पहली गल तो मैनूं ये दसो कि जिद्दां दा इह कट तुसीं कीता है ना, भी हर एक इंसान नूं त्यौहार दे नाल जोड़िया होया जो उस त्यौहार दे मायने हुंदे ने, है ना, जिवें कि लोहड़ी दा असीं पुराने टाइम साडे पेरेंट्स दसदे हुंदे सीगे कि हाँ इदां लोहड़ी सैलीब्रेट हुंदी सी, बट अज घरां घरां च जाके इस त्यौहार नूं मनाया गया, इसलिए अज भी पूरी रौनक लाई गई आ। ਇਹਦੇ ਬਾਰੇ ਪਹਿਲਾਂ ਦੱਸੋ। ਦੇਖੋ ਅਸੀਂ ਬੜੀਆਂ ਬਰੀਕੀਆਂ ਤੋਂ ਕੰਮ ਕਰਦੇ ਹੁੰਦੇ ਹਾਂ। ਹੁਣ ਵੀ ਸਾਡੇ ਨਾ ਕੁਝ ਕਲਾਕਾਰ ਲੋਹੜ 'ਤੇ ਬੈਠੇ ਸੀਗੇ, ਬੈਠੇ ਸੀ, ਕਿਉਂਕਿ ਮੈਂ ਕਹਿੰਦਾ ਵੀ ਆਪਣਾ ਮੈਸੇਜ ਆ ਸਾਡਾ ਸੁਨੇਹਾ ਗਾ, ਜੇ ਅਸੀਂ ਸੁਨੇਹਾ ਸਾਡੇ ਵਿਰਸੇ ਤੋਂ ਬਾਹਰਲਾ ਦੇਵਾਂਗੇ ਤਾਂ ਸਾਰਿਆਂ ਨੇ ਉਹੀ ਫੋਲੋ ਕਰ ਲੈਣਾ। ਤਾਂ ਮੇਰੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਅਸਲੀ ਅੱਤ ਪਰੋਸੀਏ ਜੋ ਹੈ, ਭਾਵੇਂ ਉਹ ਮੇਰਾ ਕਲਾਕਾਰ ਆ ਭਾਵੇਂ ਕੋਈ ਵੀ ਆ, ਪਰ ਜੋ ਸੱਚ ਹੈ ਮੈਂ ਉਹ ਬੋਲਦਾ ਹੁੰਦਾ ਵੀ ਆਪਾਂ ਨੂੰ ਸਾਨੂੰ ਦੇਖ ਦੇਖ ਕੇ ਜਿਵੇਂ ਬੋਲੀਆਂ ਪੇੜੇ ਗਿੱਧੇ ਇਹ ਰਵਾਇਤੀ ਲੋਹੜੀਆਂ ਰਵਾਇਤੀ ਤੀਆਂ ਉਹ ਲੱਗਣ ਲੱਗੀਆਂ, ਪਰ ਜਿਹੜੀ ਸਾਡੀ ਜਨਰੇਸ਼ਨ ਆ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੇ ਜਿੱਦਾਂ ਦਾ ਸਾਨੂੰ ਦੇਖ ਲਿਆ, ਕਿਸੇ ਨੂੰ ਵੀ ਦੇਖ ਲਿਆ, ਜੋ ਚੱਲ ਰਿਹਾ ਉਹਨਾਂ ਨੇ ਉੱਦਾਂ ਹੀ ਹੋ ਜਾਣਾ। ਤਾਂ ਮੇਰੀ ਸਾਡੀ ਕੋਸ਼ਿਸ਼ ਹੁੰਦੀ ਆ ਆਪਾਂ ਬਿਲਕੁਲ ਨਰੋਲ ਫੋਕ ਦੇ ਬਿਲਕੁਲ ਨੇੜੇ ਰਹੀਏ, ਬਿਲਕੁਲ ਜਿਵੇਂ ਸਾਡੀਆਂ ਕੁੜੀਆਂ ਨੇ ਅੱਜ ਲੋਹੜੀ ਵੰਡੀ ਪਿੰਡ ਦੇ ਵਿੱਚ ਪ੍ਰਾਂਤਾਂ ਨਾਲ, ਕਿਵੇਂ ਉਹ ਕੌਲੀਆਂ ਭਰ ਭਰ ਮੂੰਗਫਲੀ ਦੀਆਂ ਗੱਚੀਆਂ ਨੇ ਦਿੰਦੀਆਂ ਸੀ, ਤਾਂ ਉਹਨਾਂ ਨੂੰ ਲੋਕ ਕਣਕ ਪਾਉਂਦਾ ਸੀ, ਕੋਈ ਕੁਛ ਪਾਉਂਦਾ ਸੀ, ਹੈ ਨਾ, ਇੱਕ ਰਵਾਇਤਾਂ ਸੀ, ਰੀਤਾਂ ਅਤੇ ਰਵਾਇਤਾਂ ਰਿਵਾਜ਼ ਸਾਡੇ ਨੇ, ਹੈ ਨਾ। ਪਰ ਆਪਣਾ ਮਕਸਦ ਇਹੀ ਹੁੰਦਾ ਵੀ ਆਪਾਂ ਥੋੜ੍ਹਾ ਜਿਹਾ ਉਹਦੇ ਨੇੜੇ ਰਹੀਏ। ਹੁਣ ਇੱਕ ਇੱਕ ਕਰਕੇ ਮੈਂ ਤਾਂ ਜ਼ਰੂਰ ਇਹਨਾਂ ਨਾਲ ਵੀ ਗੱਲ ਕਰਨੀ ਚਾਹੂੰਗਾ। ਮੈਂ ਪਹਿਲਾਂ ਤੁਹਾਡੇ ਨਾਲ ਹੀ ਗੱਲ ਕਰਦਾ। ਪਹਿਲੀ ਗੱਲ, ਤੁਹਾਡੀ ਆਵਾਜ਼ ਬਹੁਤ ਸੋਹਣੀ ਆ, ਇਹ ਮਾਈਕ ਫੜ ਲਓ ਪਲੀਜ਼। ਐਕਚੁਅਲ ਤੁਸੀਂ ਹੁਣ ਮੈਨੂੰ ਇਹ ਗੱਲ ਦੱਸੋ ਕਿ ਬੀਇੰਗ ਅ ਯੰਗਸਟਰ ਨਾ,
बहुत सारी चीज़ा कई बार नहीं पता होंदिया रूट्स दे नाल जुड़ने दियाँ ये चीज़ा जो तुसी करदे हो जो तुसी गिद्दा पाउंदे हो बोलियां पाउंदे हो ये किवें जुड़ के किवें रहिंदियां तुहाडे नाल ਇੱਦਾਂ ਆ ਵੈਸੇ ਤਾਂ ਮਤਲਬ ਜਿਵੇਂ ਅਸੀਂ ਸਾਰੇ ਟੀਮ ਮੈਂਬਰਸ ਹੁੰਦੇ ਆ ਤੇ ਸਾਡੀ ਵਰਕਸ਼ਾਪ ਲੱਗਦੀ ਆ ਓਕੇ ਜਦੋਂ ਸਾਡੇ ਤੀਆਂ ਦਾ ਫੈਸਟੀਵਲ ਸ਼ੁਰੂ ਹੋਣਾ ਹੁੰਦਾ ਉਸ ਤੋਂ ਪਹਿਲਾਂ ਸਰ ਸਾਡੀ ਵਰਕਸ਼ਾਪ ਲਗਾਉਂਦੇ ਨੇ ਸਾਨੂੰ ਆਪਣੇ ਕਲਚਰ ਨਾਲ ਸ਼ੁਰੂ ਤੋਂ ਹੀ ਜੋੜ ਲੈਂਦੇ ਨੇ ਪਹਿਲਾਂ ਤੋਂ ਹੀ ਕਿਉਂਕਿ ਆਪਣੇ ਆਪਣੇ ਕੰਮਾਂ 'ਚ ਕਾਰਾਂ 'ਚ ਜਦੋਂ ਵੀ ਰੁੱਝੇ ਹੋਏ ਹੁੰਦੇ ਆ ਤਾਂ ਸਾਨੂੰ ਦੁਬਾਰਾ ਉਹ ਚੀਜ਼ਾਂ ਰਿਮਾਈਂਡਰ ਵੀ ਦਿੱਤੀਆਂ ਜਾਂਦੀਆਂ ਨੇ ਕੁਝ ਚੀਜ਼ਾਂ ਐਵੇਂ ਦੀਆਂ ਨੇ ਜੋ ਸਾਨੂੰ ਸਟੱਡੀ 'ਚ ਨਹੀਂ ਵੀ ਪਤਾ ਲੱਗਦੀਆਂ ਤਾਂ ਅਸੀਂ ਸਰ ਤੋਂ ਸਿੱਖਦੇ ਹਾਂ ਅਤੇ ਸ਼ੁਰੂ ਤੋਂ ਹੀ ਮਤਲਬ 4 ਸਾਲ ਤੋਂ ਮੈਂ ਵਰਕਸ਼ਾਪ ਅਟੈਂਡ ਕਰ ਰਹੀ ਹਾਂ ਤਾਂ ਸਾਰੇ ਐਵੇਂ ਦੇ ਹੈਗੇ ਜਿਵੇਂ ਦੀਦੀ ਬਹੁਤ ਸੀਨੀਅਰ ਨੇ ਵਰਕਸ਼ਾਪ ਲਗਾਉਂਦੇ ਆ ਅਤੇ ਉਹਦੇ ਵਿੱਚ ਫਿਰ ਸਾਨੂੰ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਵੀ ਕੀ ਕਲਚਰ ਹੈ ਕੋਈ ਨਾ ਕੋਈ ਨਵਾਂ ਗੀਤ ਜਾਂ ਸਾਨੂੰ ਬੁੱਕਸ 'ਚੋਂ ਜਿੰਨਾ ਮੈਟਰ ਮਿਲਦਾ ਓਨਾ ਹੀ ਮੈਟਰ ਸਾਨੂੰ ਸਰ ਤੋਂ ਸਿੱਖਣ ਨੂੰ ਮਿਲਦਾ ਚਾਹੇ ਉਹ ਜੀਵਨ ਦੀ ਕੋਈ ਵੀ ਜਾਂਚ ਦੀ ਗੱਲ ਆ ਚਾਹੇ ਉਹ ਕਲਚਰ ਨਾਲ ਰਿਲੇਟਡ ਕੋਈ ਜੁੜੀ ਹੋਈ ਚੀਜ਼ ਆ ਚਾਹੇ ਸਾਡੇ ਪਰਿਵਾਰ ਨਾਲ ਘਰਦਿਆਂ ਨਾਲ ਜਿਵੇਂ ਵਿਆਹੀਆਂ ਹੋਈਆਂ ਲੇਡੀਜ਼ ਨੇ ਗੀਆਂ ਜਿਵੇਂ ਵੀ ਹੈਗੇ ਆ ਸਾਨੂੰ ਬਹੁਤ ਕੁਛ ਉਰੇ ਆ ਕੇ ਹੀ ਸਿੱਖਣ ਨੂੰ ਮਿਲਦਾ ਸਾਰੀਆਂ ਬੋਲੀਆਂ ਵਿੱਚੋਂ ਕਿਹੜੀ ਬੋਲੀ ਤੁਹਾਡੀ ਆਪਣੀ ਪਰਸਨਲ ਪਸੰਦ ਆ ਮੈਨੂੰ ਮਾੜਾ ਜਿਹਾ ਸੁਣਾ ਕੇ ਸੁਣਾਓ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਐਂਡ ਸਾਡੇ ਵਿਊਅਰਸ ਨੂੰ ਵੀ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਇਹ ਸਾਡਾ ਐਪੀਸੋਡ ਆਈ ਹੋਪ ਤੁਸੀਂ ਇੰਜੋਏ ਕੀਤਾ ਹੋਏਗਾ ਹੁਣ ਅਗਲੀ ਵਾਰ ਮਿਲਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ